ਜਦੋਂ ਦਵਾਈ ਖਾ ਕੇ ਆਉਂਦੇ ਸੀਗੇ ਤੁਹਾਡੇ ਨਾਲ ਕਿੰਨੇ ਘੰਟੇ ਆਪ ਨੂੰ ਗੱਲਾਂ ਬਾਤਾਂ ਕਰਦੇ ਤੁਸੀਂ ਆਪਸ ਵਿੱਚ ਪਿਆਰ ਮੁਹੱਬਤ ਦੇ ਕਿ ਤੁਸੀਂ ਜ਼ਿੰਦਗੀ ਨਵੀਂ ਜੋੜੀ ਸੀ ਆਪਣੀ ਇਹ ਚੀਜ਼ ਹੈ ਹੀ ਨਹੀਂ ਸੀਗੀ ਇਹ ਇਹਨਾਂ ਨੇ ਮੈਨੂੰ ਇਦਾਂ ਦਾ ਕਿਹਾ ਕਿ ਮੈਨੂੰ ਤੂੰ ਅਜੀਬ ਲੱਗਦੀ ਆ ਓ ਮਾਈ ਗੋਡ ਆਪਣੇ ਘਰ ਵਾਲੇ ਕਹਿੰਦੇ ਓ ਮਾਈ ਗੋਡ ਕਮ ਆਨ ਪਲੀਜ਼ ਆਪਣੇ ਪੇਰੈਂਟਸ ਦੀ ਕਰ ਓ ਨਾ ਫਿਰ ਰੋਣਾ ਰੋਣਾ ਜਿਹੜੀ ਗੱਲ ਤੋਂ ਆਉਂਦਾ ਸੀ जो गोली खा के आने से तू मैं अजीब लगती है लखवीर कौर सत श्रीकाल जी बेटा तुसी सूबा सिंह की धी नहीं हो तुसी साडी भी धी हो और तुहाडे हसबेंड अते तुहाडे सारे परिवार वाले दोष है कि तुसी उन्हां नूं स्पोंसर कीता जान के उन्हां दे फॉर्म गलत फिल कीते तां उन्हां नूं तुसी जवाब देने का कारण तुसी उन्हां नूं स्पोंसर नहीं करना चाहते कि यह सच है ਸਾਰੇ ਸੱਚ ਤਾਂ ਆਪਾਂ ਨੂੰ ਰਿਫਿਊਜ਼ਲ ਲੈਟਰ ਤੇ ਪਤਾ ਲੱਗੂਗਾ ਨਾ ਆਪਣੇ ਕੋਲ ਜਿਹੜੇ ਰਿਫਿਊਜ਼ਲ ਲੈਟਰ ਨੇ ਤੁਸੀਂ ਉਹ ਦੇਖ ਸਕਦੇ ਹੋ ਨਹੀਂ ਅਸੀਂ ਵਿਸ਼ਵਾਸ ਕਰਦੇ ਜੋ ਤੁਸੀਂ ਕਹੋਗੇ ਸੱਚ ਕਹੋਗੇ ਸੱਚ ਤੋਂ ਸਿਵਾ ਕੁਛ ਨਹੀਂ ਕਹੋਗੇ ਤੁਹਾਡਾ ਸਤਿਕਾਰ ਹੈ ਤੁਸੀਂ ਸਾਡੀ ਵੀ ਧੀ ਹੋ ਲਖਵੀਰ ਜੀ ਤੁਹਾਨੂੰ ਤੁਹਾਡੀ ਜ਼ਿੰਦਗੀ ਵਿੱਚ ਸੱਚ ਜਾਣੇ ਹੋ ਕਿ ਵਿਆਹ ਤੋਂ ਪਹਿਲਾਂ ਵਿਆਹ ਤੋਂ ਬਾਅਦ ਤੁਸੀਂ 20 ਦਿਨ ਸਹੁਰੇ ਪਰਿਵਾਰ ਚ ਰਹੋ ਜੋ ਜ਼ਿੰਦਗੀ ਇੱਕ ਲੜਕੀ ਨੂੰ ਮਿਲਣੀ ਚਾਹੀਦੀ ਹੈ ਸਹੁਰੇ ਪਰਿਵਾਰ ਇਤਕਾਸ ਕਰਕੇ ਆਪਣੇ ਪਤੀ ਪਰਮੇਸ਼ਰ ਤੋਂ ਤੁਹਾਨੂੰ ਜ਼ਿੰਦਗੀ 'ਚ ਖੁਸ਼ੀ ਮਿਲੀ ਆ ਸਰ ਬਿਲਕੁਲ ਵੀ ਨਹੀਂ ਪਹਿਲੀ ਗੱਲ ਤਾਂ ਮੈਨੂੰ ਇੰਨਾ ਇੰਨਾ ਡਿਪਰੈਸ਼ਨ ਦਿੱਤਾ ਪਹਿਲੇ 6 ਮਹੀਨੇ ਮੈਂ ਕਿੱਦਾਂ ਕੱਢਿਆ ਮੈਨੂੰ ਪਤਾ ਨਹੀਂ ਤੁਸੀਂ ਬੇਟਾ ਜੀ ਰਹੇ ਤਾਂ ਇਹਦਾ ਕੋਲ ਸਿਰਫ 2.5 ਵੀਕਾਂ ਆ ਹਾਂਜੀ 2.5 ਵੀਕਾਂ ਵਿੱਚ ਤੁਹਾਡਾ ਰਿਲੇਸ਼ਨ ਬਣਿਆ ਸੀ ਹਸਬੰਡ ਵਾਈਫ ਵਾਲਾ ਨਹੀਂ ਓ ਮਾਈ ਗੋਡ ਤੂੰ ਦੱਸਿਆ ਸੀ ਆਪਣੀ ਸੱਸ ਨੂੰ ਕਿ ਮੇਰੇ ਰਿਲੇਸ਼ਨ ਨਹੀਂ ਬਣ ਰਹੇ ਮੇਰੇ ਆਦਮੀ ਨਾਲ ਸਰ ਮੈਂ ਐਕਚੁਅਲੀ ਇਹ ਚੀਜ਼ਾਂ ਜਿਹੜੀ ਪਰਸਨਲ ਨੇਗੀਆਂ ਮੈਂ ਸੋਸ਼ਲਾਈਜ਼ ਨਹੀਂ ਕਰਨਾ ਚਾਹੁੰਦੀ ਤੇ ਨਾ ਹੀ ਮੈਨੂੰ ਇਹ ਚੀਜ਼ ਪਸੰਦ ਆ ਠੀਕ ਆ ਅਗਰ ਇਹ ਇਹਨਾਂ ਨੂੰ ਤੁਹਾਨੂੰ ਕੁਝ ਚੀਜ਼ਾਂ ਪਸੰਦ ਆ ਨਾ ਪਸੰਦ ਦਾ ਮੈਟਰ ਨਹੀਂ ਹੈ ਮੈਟਰ ਇਹ ਅਸੀਂ ਹੋਲਡ ਔਨ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਹਾਡੀ ਮਦਰ ਨੇ ਦੋਸ਼ ਲਾਏ ਨੇ ਕਿ ਮੇਰਾ ਜਿਹੜਾ ਜਵਾਈ ਹੈ ਉਹ ਯੋਗ ਨਹੀਂ ਹੈ ਸ਼ਾਦੀ ਦੇ ਇਹ ਸੱਚ ਹੈ ਮੇਰੀ ਧੀ ਤੁਹਾਡੀ ਹੋਲਡ ਔਨ ਬੇਟਾ ਤੁਹਾਡੀ ਸੱਸ ਨੇ ਕਲੇਮ ਕੀਤਾ ਹੈ ਕਿ ਮੇਰੀ ਲੜਕੀ ਕੁਆਰੀ ਦੀ ਕੁਆਰੀ ਰਹੀ ਹੈ ਇਹ ਸੱਚੀ ਗੱਲ ਹੈ ਹਾਂਜੀ ਓਕੇ ਫਾਈਨ ਹੁਣ ਦੱਸੋ ਮੈਨੂੰ ਗੁਰਸੇਵਕ ਹੈ ਤੁਹਾਡੀ ਧਰਮ ਪਤਨੀ ਜਿਹੜੇ ਨਾਮਾ ਲਈਆਂ ਉਹ ਕਹਿ ਰਹੀ ਕਿ ਮੈਂ ਕੁਆਰੀ ਦੀ ਕੁਆਰੀ ਰਹੀ ਹਾਂ ਵਾਹਿਗੁਰੂ ਲੱਭ ਤੂੰ ਵੀ ਪਰਿਵਾਰਾਂ ਦਾ ਇਹ ਸੋਚਿਆ ਕਿ ਨਹੀਂ ਇਹਨਾਂ ਨੇ ਬਹੁਤ ਕੁਛ ਕੀਤਾ ਮੇਰੇ ਅਸੀਂ ਵੀ ਤੇ ਚਾਰ ਭੈਣਾਂ ਵਾ ਮੈਂ ਸੋਚ ਕੇ ਬਹੁਤ ਚੀਜ਼ਾਂ ਐਡਜਸਟ ਕੀਤੀ ਬਹੁਤ ਸਰ ਬਟ ਕਦੇ ਬੰਦੇ ਦਾ ਮੈਂਟਲੀ ਦਿਮਾਗ ਇੰਨਾ ਖਰਾਬ ਹੋ ਜਾਂਦਾ ਕਿ ਉਹਨੇ ਸੁਸਾਈਡ ਕਰਨ ਤੇ ਪਹੁੰਚ ਜਾਂਦਾ ਤੇ ਫਿਰ ਬੰਦਾ ਇੱਕ ਪਾਸਾ ਕਰਨਾ ਚਾਹੁੰਦਾ ਕਿ 3.5 ਸਾਲ ਹੋ ਗਏ ਮੈਂ ਕਿੰਨਾ ਕੁ ਟਾਈਮ ਬਰਦਾਸ਼ਤ ਕਰੀ ਜਾਵਾਂ ਕਿੰਨਾ ਕੁ ਟਾਈਮ ਬਰਦਾਸ਼ਤ ਕਰੀ ਜਾਵਾਂ ਨਹੀਂ ਹੁੰਦਾ ਹੁਣ ਬਰਦਾਸ਼ਤ ਤੇ ਕਦੇ ਕਿਤੇ ਜਾ ਕੇ ਕੰਪਲੇਨ ਕਰਦੇ ਨੇ ਕਦੇ ਕਿਤੇ ਜਾ ਕੇ ਕੰਪਲੇਨ ਕਰਦੇ ਇਹ ਮਤਲਬ ਕਿ ਮੇਰਾ ਜੀਣਾ ਮੁਸ਼ਕਿਲ ਕੀਤਾ ਪਿਆ ਇੱਥੇ ਇੰਨਾ ਨਹੀਂ ਮੇਰੇ ਡੋਂਟ ਵਰੀ ਅਸੀਂ ਹੈਲਪ ਕਰਾਂਗੇ ਕਾਨੂੰਨ ਦੇ ਮੁਤਾਬਕ ਤੁਹਾਨੂੰ ਮਦਦ ਚਾਹੀਦੀ ਹੈ ਤੁਸੀਂ ਮਦਦ ਕਰੋ ਇਹਨਾਂ ਸਾਰੇ ਪੁੱਛੋ ਵੀ ਫੁੱਲਾਂ ਨੇ ਫੋਨ ਕਿਉਂ ਨਹੀਂ ਚੱਕ ਰਹੀ ਹੈਗੀ ਜੀ ਨਹੀਂ ਤੁਸੀਂ ਤੰਗ ਕਰਦੇ ਹੋ ਕੁੜੀ ਨੂੰ ਤੁਸੀਂ ਕੱਟ ਰਹੇ ਜੀ ਮੈਂ 5-5 ਵਾਰ ਲਾਈ ਆ ਮੈਂ ਜਿੰਨੇ ਮੈਸੇਜ ਕੰਟੀ ਕਰਨਾ ਮੈਂ ਤੇ ਨਹੀਂ ਹੋ ਕਿੰਨੇ ਸਾਲ ਹੋ ਗਏ ਕੋਲੇ ਸਾਰੇ ਪ੍ਰੂਫ ਪਏ ਨੇ ਤੇ ਕਿੱਦਾਂ ਮੇਰੇ ਨਾਲ ਗੱਲ ਕੀਤੀ ਜਾਂਦੀ ਆ ਇਹਨਾਂ ਲਈ ਤੇ ਤੁਸੀਂ ਆਪ ਐਸਟੀਮੇਟ ਲਾ ਸਕਦੇ ਹੋ ਤੁਹਾਡੇ ਨਾਲ ਕਿੱਦਾਂ ਗੱਲ ਕਰ ਰਹੇ ਨੇ ਠੀਕ ਆ ਤੇ ਜਦੋਂ ਪਹਿਲੀ ਵਾਰ ਫਾਈਲ ਲੱਗੀ ਸੀ ਮੇਰੀ ਮੰਮੀ ਉਧਰ ਸਹੁਰਾ ਸਾਰੇ ਪਰਿਵਾਰ ਵੀ ਨੇ ਕਿਹਾ ਜਾਂਦਾ ਸੀਗਾ ਕਿ ਇਹ ਗੱਲ ਨਹੀਂ ਕਰਦੇ ਤੇਰੇ ਨਾਲ ਠੀਕ ਆ ਲਖਵੀਰ ਤੂੰ ਸਾਡੇ ਨਾਲ ਗੱਲ ਕਰ ਲੈ ਕਾਲ ਰਿਕਾਰਡਿੰਗ ਜ਼ਿਆਦਾ ਹੋ ਜੂਗੀ ਤੇ ਆਪਣੀ ਫਾਈਲ 'ਚ ਲੱਗਣੀ ਆ ਈਵਨ ਕਿ ਮੈਂ ਫੋਨ ਇੱਦਾਂ ਹੀ ਰੱਖ ਕੇ ਸਾਈਡ ਚਲੀ ਜਾਂਦੀ ਹੁੰਦੀ ਸੀਗੀ ਕਿ ਚਲੋ ਉਹ ਆਪਣੀ ਕਾਲ ਆ ਜਿਹੜੀ ਉਹ ਜ਼ਿਆਦਾ ਟਾਈਮ ਲੰਬੀ ਹੋ ਜੂਗੀ ਗੱਲ ਤਾਂ ਨਹੀਂ ਕਰਦੀ ਸੋਕੇ ਤੇ ਇਹਨਾਂ ਨੇ ਮੈਨੂੰ ਆਪ ਕਿਹਾ ਕਿ ਮੇਰੇ ਘਰਦਿਆਂ ਨੇ ਮੇਰਾ ਫੋਰਸ ਚ ਵਿਆਹ ਕਰਤਾ ਹਨਾ ਅਗਰ ਕੋਈ ਪੁੱਛੋ ਵੀ ਇੱਕ ਵਾਰ ਫੋਨ ਤੇ ਵੀਡੀਓ ਕਰ ਲੈ ਇਹਨੂੰ ਪੁੱਛੋ ਵੀ ਗੋਲੀਆਂ ਕਿਹੜੀਆਂ ਖਾਧੀਆਂ 10 ਗੋਲੀਆਂ ਇਕੱਠੀਆਂ ਖਾ ਲਈਆਂ ਕਿਉਂ ਮਰਨ ਲੱਗੀਆਂ
ਕਿਉਂਕਿ ਇਹਨਾਂ ਨੇ ਮੈਨੂੰ ਇੰਨਾ ਫੋਰਸ ਕੀਤਾ ਸੀਗਾ ਕਿ ਮੈਂ ਸੁਸਾਈਡ ਕਰਨ ਤੇ ਤਿਆਰ ਹੋ ਗਈ ਸੀ ਤੇ ਇਹ ਬੰਦੇ ਨੂੰ ਇਹ ਨਹੀਂ ਪਤਾ ਕਿ ਮੇਰੀ ਘਰਵਾਲੀ ਸੇਵਕ ਹੋਰ ਹਨ ਆਪਣੇ ਲਖਵੀਰ ਜੀ ਬੇਟਾ ਇਹ ਤੁਹਾਡੇ ਵਿਆਹ ਤੋਂ ਪਹਿਲਾਂ ਕੋਈ ਗੋਲੀਆਂ ਵੀ ਖਾਂਦਾ ਸੀ ਕੋਈ ਬਿਮਾਰੀ ਦੀਆਂ ਹਾਂਜੀ ਉਹਦੀਆਂ ਫੋਟੋ ਵੀ ਇਹਨਾਂ ਨੇ ਮੈਨੂੰ ਆਪ ਦੱਸਿਆ ਕਿ ਮੇਰੀ ਮੈਂਟਲੀ ਹਾਲਤ ਠੀਕ ਨੀ ਹੈਗੀ ਮੈਂ ਦੋ ਤਿੰਨ ਸਾਲਾਂ ਤੋਂ ਪੈਂਚਰ ਦੀ ਦਵਾਈ ਖਾ ਰਿਹਾ ਵਾ ਤੇ ਮੈਨੂੰ ਪਤਾ ਨੀ ਲੱਗਦਾ ਕਦੇ ਕੁਛ ਵੀ ਨੀ ਪਤਾ ਲੱਗਦਾ ਤੇ ਕਦੇ ਕਦੇ ਤਾਂ ਆਪ ਸੈੱਟ ਹੋ ਕੇ ਬਸ ਇਕੱਲੇ ਪਏ ਰਹਿੰਦੇ ਸੀ ਤੇ ਮੈਂ ਨਾ ਚਾਹ ਕੇ ਵੀ ਕੁਛ ਸ਼ੇਅਰ ਨੀ ਕਰ ਸਕਦੀ ਕਿਉਂਕਿ ਦਸ ਬਾਰਾਂ ਦਿਨਾਂ ਵਿੱਚ ਮੇਰੀ ਜ਼ਿੰਦਗੀ ਨਹੀਂ ਚੇਂਜ ਹੋਊਗੀ ਮੈਨੂੰ ਪਤਾ ਨੀ ਲੱਗ ਰਿਹਾ ਸੀ ਮੈਂ ਆਪਣੇ ਸਹੁਰੇ ਘਰੋਂ ਆਉਣ ਨਾਲ ਕਿੱਦਾਂ ਸ਼ੇਅਰ ਕਰਾਂ ਜਾਂ ਮੈਂ ਪੇਕਿਆਂ ਨਾਲ ਕਿੱਦਾਂ ਸ਼ੇਅਰ ਕਰਾਂ 15 ਦਿਨਾਂ ਦੇ ਵਿੱਚ ਮੈਂ ਵਿਆਹ ਤੋਂ ਲੈ ਕੇ ਮੈਂ ਬਾਹਰ ਤੱਕ ਆ ਗਈ ਤੇ ਫਿਰ ਵੀ ਮੈਂ ਚੀਜ਼ਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਕਿ ਠੀਕ ਆ ਹਨਾ ਇਹਨਾਂ ਨੇ ਬਾਅਦ ਵਿੱਚ ਮੈਨੂੰ ਇਹ ਵੀ ਕਿਹਾ ਲਖੀਰ ਵੀਰ ਇਹਨੂੰ ਹਸਬੈਂਡ ਨੂੰ ਬਾਹਰ ਬੁਲਾ ਲਾ ਉਸ ਤੋਂ ਬਾਅਦ ਇਹਦੇ ਨੂੰ ਆ ਕੇ ਡਿਵੋਰਸ ਦਊਗਾ ਇਹ 2 ਸਾਲਾਂ ਤੋਂ ਇਹਨਾਂ ਦੀ ਗੱਲ ਇਹੀ ਚੱਲ ਰਹੀ ਹੈ ਕਿ ਬਾਹਰ ਬੁਲਾ ਲਾ ਉੱਥੇ ਆ ਕੇ ਡਿਵੋਰਸ ਦੇ ਦਊਗਾ ਇਹਦਾ ਮਤਲਬ ਵਿਆਹ ਮਤਲਬ ਵਿਆਹ ਨੀ ਇਹਦਾ ਮਕਸਦ ਰਹਿਣ ਦਾ ਇਹਦਾ ਮਕਸਦ ਹੈ ਕੈਨੇਡਾ ਬਾਹਰ ਹੋਣਾ ਚਾਹੁੰਦੀ ਮੈਂ ਤਾਂ ਇਹੀ ਕਿਹਾ ਚਲੋ ਠੀਕ ਆ ਬਾਹਰ ਆ ਜਾ 2 ਵਾਰੀ ਫਾਈਲ ਰੱਖੀ ਆ ਨਾ 2 ਵਾਰੀ ਫਾਈਲ ਰੱਖਣ ਤੋਂ ਬਾਅਦ ਉਹਦੇ ਵੀ 2 ਰਿਫਿਊਜ਼ਲ ਆ ਗਏ ਪਹਿਲੀ ਫਾਈਲ ਮੈਂ ਇੱਥੇ ਰੱਖੀ ਸੀ ਦੂਸਰੀ ਫਾਈਲ ਇਹਨਾਂ ਨੇ ਆਪ ਲਗਵਾਈ ਸੀ ਮੈਨੂੰ ਇਹਨਾਂ ਨੇ ਗਿਆ ਕਿ ਤੇਰੇ ਸਾਨੂੰ ਟਰੱਸਟ ਨਹੀਂ ਹੈਗਾ ਮੈਂ ਸਾਰੇ ਡਾਕੂਮੈਂਟ ਲਖਵੀਰ ਬੇਟਾ ਤੁਸੀਂ ਆਪਣੀ ਸੱਸ ਨੂੰ ਗੱਲ ਦੱਸੀ ਸੀ ਕਿ ਮੈਂ ਕੁਆਰੀ ਦੀ ਕੁਆਰੀ ਆ ਹਾਂਜੀ ਤੁਸੀਂ ਆਪਣੀ ਤੁਹਾਡੀਆਂ ਭੈਣਾਂ ਨੇ ਤੁਸੀਂ 3 ਸਿਸਟਰ ਹੋ ਤੁਹਾਡੀ ਮਾਂ ਨੇ ਸਾਰੀ ਗੱਲ ਬਾਅਦ ਵਿੱਚ ਤੇ ਮੈਂ ਚਾਹੁੰਦੀ ਸੀਗੀ ਚੱਲ ਠੀਕ ਆ ਇਹਨਾਂ ਨੇ ਮੈਨੂੰ ਇੱਦਾਂ ਕਹਿਤਾ ਸੀ ਕਿ ਇਹਨੂੰ ਬਾਹਰ ਕਰ ਲਾ ਫਿਰ ਆਪਾਂ ਬਾਕੀ ਗੱਲਾਂ ਫਿਰ ਦੇਖਾਂਗੇ ਮੈਂ ਚਲੋ ਠੀਕ ਆ ਪਰ ਉਸ ਤੋਂ ਬਾਅਦ ਮੈਨੂੰ ਇੰਨਾ ਫੋਰਸ ਕਰਨ ਲੱਗ ਗਿਆ ਮੈਨੂੰ ਮਤਲਬ ਕਿ ਹੋਰ ਲੋਕਾਂ ਤੋਂ ਕਾਲਾਂ ਕਰਵਾਉਣੀਆਂ ਇਹਨਾਂ ਨੇ ਹਨਾ ਅੱਛਾ ਮੇਰਾ ਕੁਐਸਚਨ ਹੈ ਦਵਾਈ ਖਾ ਕੇ ਇਹ ਮਤਲਬ ਓਵਰਡੋਸ ਤਾਂ ਨਹੀਂ ਸੋਚ ਰਹੇ ਸੀ ਕਦੇ ਕਮਲੀਆਂ ਜਿਹੀਆਂ ਮਾਰ ਰਹੀਆਂ ਆਪਣੀ ਜਗ੍ਹਾ ਤੇ ਰਹਿੰਦੇ ਸੀਗੇ ਮੈਨੂੰ ਨਹੀਂ ਪਤਾ ਕਿਹੜੀਆਂ ਦਵਾਈਆਂ ਮੇਰੇ ਕੋਲ ਥੋੜੀ ਜਿਹੀ ਫੋਟੋਆਂ ਵੀ ਹੈਗੀਆਂ ਉਹ ਦਵਾਈਆਂ ਦੀਆਂ ਕਿਉਂਕਿ ਸ਼ਰਾਬ ਵੀ ਪੀਂਦੇ ਨਾਲ ਸ਼ਰਾਬ ਨਹੀਂ ਮੈਨੂੰ ਪਤਾ ਹੈਗਾ ਇਹ ਕਹਿੰਦੇ ਸੀਗੇ ਕਿ ਹਾਂ ਮੈਂ ਪੀਂਦਾ ਵਾਂ ਬਟ ਜਿੰਨਾ ਚੱਕ ਮੈਂ ਉੱਥੇ ਸੀ ਨਹੀਂ ਪੀਤੀ ਹੈਗੀ ਇਹਨਾਂ ਨੇ ਨਹੀਂ ਤੇ ਤੁਸੀਂ ਜਦੋਂ ਤੁਸੀਂ ਪੈਂਦੇ ਸੀ ਆਰਾਮ ਕਰ ਰਹੇ ਸੀ ਆਪਣੇ ਬੈੱਡ ਤੇ ਇੱਕ ਤੇ ਤਾਂ ਸਮੈਲ ਸ਼ਰਾਬ ਪੀਤੀ ਦੀ ਦੂਰੋਂ ਆਉਂਦੀ ਆ ਕਦੇ ਸਮੈਲ ਆਈ ਸੀ ਸ਼ਰਾਬ ਨਹੀਂ ਪੀਤੀ ਇਹਨਾਂ ਨੇ ਨਹੀਂ ਪੀਤੀ ਬਹੁਤ ਅੱਛਾ ਔਰ ਲੜਕੀ ਸੱਚ ਬੋਲ ਰਹੀ ਹੈ ਕਿ ਸ਼ਰਾਬ ਨਹੀਂ ਪੀਤੀ ਇਹਦਾ ਮਤਲਬ ਕਿ ਲਖਵੀਰ ਕੋ ਸੱਚ ਬੋਲੀ ਹੈ ਲਖਵੀਰ ਜੀ ਤੁਸੀਂ ਜਦੋਂ ਸੁਣਦੇ ਸੀਗੇ ਮਾਫ ਕਰਨਾ ਤੁਸੀਂ ਸਕਦੀ ਆ ਤੁਸੀਂ ਇੱਕ ਤੁਹਾਡਾ ਰੂਮ ਤੇ ਇੱਕੋ ਬੈੱਡ ਹੁੰਦਾ ਸੀ ਇੱਕ ਰੂਮ ਦੇ ਵਿੱਚ ਹਾਂਜੀ ਇੱਕ ਰੂਮ ਸੀ ਬਟ ਇਹ ਜਦੋਂ ਵੀ ਜਾਂਦੇ ਸੀਗੇ ਨੀਚੋ ਜਿੱਥੇ ਮੇਰੇ ਸੱਸ ਸਹੁਰਾ ਦਾ ਕਮਰਾ ਵਾ ਉੱਥੇ ਮੈਡੀਸਨ ਪਈਆਂ ਸੀਗੀਆਂ ਇਹਨਾਂ ਨੇ ਮੈਨੂੰ ਖੁਦ ਦੱਸਿਆ ਕਿ ਮੇਰੇ ਮੰਮੀ ਡੈਡੀ ਨੂੰ ਦੱਸੀ ਅਦਰਵਾਈਜ਼ ਮੈਨੂੰ ਬੋਲਣਗੇ ਕਿਉਂਕਿ ਉਹਨਾਂ ਨੇ ਮੈਨੂੰ ਇਹ ਗੱਲ ਲੁਕਾਉਣ ਨੂੰ ਕਿਹਾ ਵਾ ਤੇ ਉਹ ਜਿਹੜੀ ਅਲਮਾਰੀ ਸੀ ਨੀਚੇ ਪਈ ਸੀਗੀ ਜਿੱਥੇ ਸੱਸ ਸਹੁਰਾ ਰਹਿੰਦੇ ਸੀਗੇ ਤੇ ਉੱਥੋਂ ਦਵਾਈ ਖਾ ਕੇ ਆਉਂਦੇ ਸੀਗੇ ਹਨਾ ਇਹ ਤੇ ਮੈਂ ਬਹੁਤ ਮਤਲਬ ਟਰਾਈ ਕੀਤਾ ਕਿ ਮੈਂ ਦੇਖਾਂ ਵੀ ਕਿਹੜੀ ਦਵਾਈ ਆ ਜਾਂ ਮੈਨੂੰ ਇਦਾਂ ਮੋਸ਼ਨਲੀ ਬਲੈਕਮੇਲ ਕੀਤਾ ਗਿਆ ਸੀ ਕਿ ਨਹੀਂ ਮੈਂ ਠੀਕ ਆ ਬਟ ਇਹ ਦਵਾਈਆਂ ਚਾਹੀਦੀਆਂ ਜਦੋਂ ਦਵਾਈ ਖਾ ਕੇ ਆਉਂਦੇ ਸੀਗੇ ਤੁਹਾਡੇ ਨਾਲ ਕਿੰਨੇ ਘੰਟੇ ਰਾਤ ਦੀ ਗੱਲਾਂ ਬਾਤਾਂ ਕਰਦੇ ਤੁਸੀਂ ਆਪਸ ਵਿੱਚ ਪਿਆਰ ਮੁਹੱਬਤ ਦੀ ਕਿ ਤੁਸੀਂ ਜ਼ਿੰਦਗੀ ਨਵੀਂ ਜੋੜੀ ਸੀ ਆਪਣੀ ਇਹ ਚੀਜ਼ ਹੈ ਹੀ ਨਹੀਂ ਸੀਗੀ ਇਹ ਇਹਨਾਂ ਨੇ ਮੈਨੂੰ ਇਦਾਂ ਦਾ ਕਿਹਾ ਕਿ ਮੈਨੂੰ ਤੂੰ ਅਜੀਬ ਲੱਗਦੀ ਆ ਓ ਮਾਈ ਗੋਡ ਆਪਣੀ ਘਰ ਵਾਲੇ ਕਹਿੰਦੇ ਓ ਮਾਈ ਗੋਡ ਕਮ ਆਨ ਪਲੀਜ਼ ਆਪਣੇ ਪੇਰੈਂਟਸ ਦੀ ਕਰ ਰੋਣਾ ਰੋਣਾ ਜਿਹੜੀ ਗੱਲ ਤੋਂ ਆਉਂਦਾ ਨਹੀਂ ਸਰ ਅਲਾਰਮ ਵੱਜ ਗਿਆ ਹੋਲਡ ਆਨ ਤੁਹਾਨੂੰ ਕਹਿੰਦੇ ਸੀ ਹੋਲਡ ਆਨ ਲਖਵੀਰ ਹੋਲਡ ਆਨ ਲਖਵੀਰ ਹੋਲਡ ਆਨ ਤੁਸੀਂ ਤੁਹਾਨੂੰ ਕਹਿੰਦੇ ਸੀ ਜਦੋਂ ਗੋਲੀ ਖਾ ਕੇ ਆਉਂਦੇ ਸੀ ਕਿ ਤੂੰ ਮੈਨੂੰ ਅਜੀਬ ਲੱਗਦੀ ਆ ਤੁਸੀਂ ਆਪਣੀ ਵਾਈਫ ਨੂੰ ਹੱਗ ਕਰਦੇ ਸੀ ਤੁਸੀਂ ਹੱਗ ਕਰਦੇ ਸੀ ਤੁਸੀਂ ਸਤਿਕਾਰ ਦਿੰਦੇ ਸੀ ਆਪਣੀ ਵਾਈਫ ਨੂੰ ਆਪਣੀ ਧਰਮ ਪਤਨੀ ਨੂੰ ਸਤਿਕਾਰ ਦਿੱਤਾ ਆਪਣੀ ਮੈਂ 10-15 ਦਿਨ ਜੋ ਵੀ ਰਹੀ ਆ ਅਸੀਂ ਇਕੱਲੇ ਕਿਤੇ ਵੀ ਨੀ ਗਏ ਘੁੰਮਣ ਤੁਸੀਂ ਦੇਖ ਇਹਨਾਂ ਨੂੰ ਕਹਿ ਦੋ ਮੈਨੂੰ ਇੱਕ ਫੋਟੋ ਕਿਤੇ ਘੁੰਮਣ ਗਏ ਇਕੱਲੇ ਦਿਖਾ ਦੋ ਹਮੇਸ਼ਾ ਸੱਸ ਸਹੁਰਾ ਨਾਲ ਹੀ ਲਖਵੀਰ ਘੁੰਮਣ ਨੂੰ ਦਫਾ ਘੁੰਮਣ ਦੀ ਦਫਾ ਕਰ ਗੱਲ ਮੇਰੇ ਕਹਿੰਦਾ ਪਾ ਤੁਸੀਂ ਸਾਫ ਸਪਸ਼ਟ ਕਹਿਤਾ ਕਿ ਤੁਸੀਂ ਜਿਉਂ ਆਪਣੇ ਪੇਕੇ ਤੇ ਗਏ ਉਦਾਂ ਦੇ ਆ ਗਏ ਵਾਪਸ ਮੁੜ ਕੇ ਓ ਮਾਈ ਗੋਡ ਇੰਨਾ ਦੁੱਖ ਤੂੰ ਚੁੱਕੀ ਫਿਰਦੀ ਆਂ ਆਪਣੇ ਸਿਰ ਤੇ ਇੱਕ ਵਿਆਹੀ ਹੋਈ ਲੜਕੀ ਵਾਪਸ ਉਦਾਂ ਹੀ ਆ ਜਾਵੇ
ਵਿਆਹੀ ਹੋਈ ਅਣਵਿਆਹੀ ਹੋ ਰਹੀ ਹੈ ਤੂੰ ਤੂੰ ਸੱਚ ਕਹਿ ਰਹੀ ਹੈ ਲਖਵੀਰ ਸੱਚ ਹੈ ਬੇਟਾ ਓ ਮਾਈ ਗੋਡ ਐਨੀਵੇ ਅਸੀਂ ਸਟੋਰੀ ਨੂੰ ਹੋਲਡ ਕਰਦੇ ਹਾਂ ਔਰ ਅਸੀਂ ਅਸੀਂ ਦੇਖਣਾ ਕਿ ਅੱਜ ਦੇ ਪ੍ਰੋਗਰਾਮ ਵਿੱਚ ਕਿਸ ਹੱਦ ਤੱਕ ਸੱਚ ਕੀ ਹੈ ਝੂਠ ਕੀ ਹੈ ਮੈਂ ਲਾਸਟ ਕਾਲ ਲਵਾਂਗਾ ਮਿਸਟਰ ਬਾਂਗੜ ਦੀ ਨੰਬਰ 4 ਕਾਲਰ ਮੈਂ ਤੁਹਾਨੂੰ ਚਾਂਸ ਦੇ ਰਿਹਾ ਹੂਆ ਪਤੀ ਹੀ ਤੂੰ ਵਿਆਹ ਕਰਾਇਆ ਸੀ ਉਹਦੇ ਨਾਲ ਨਹੀਂ ਜਾਣ ਦੀ ਜਾਇ ਸੁਣੀ ਅਗਲੇ ਕੋਲੇ ਜੇ ਘਰੇ ਵੀ ਫੜਨ ਮੰਗਾ ਲਈਏ ਤਾਂ ਮੰਨ ਨਾ ਜਾਂਦਾ ਐਡੀ ਕਿਹੜੀ ਗੱਲ ਆ ਤੈਨੂੰ ਕਿਹੜਾ ਪਜੋਰ ਕਰ ਦਿੰਦਾ ਲੈਂਦਾ ਨਹੀਂ ਹਾਂ ਨਾ ਤੁਸੀਂ ਉਹ ਨਹੀਂ ਇਹਨਾਂ ਨੇ ਪੁੱਛੋ ਵੀ ਤੂੰ ਤੇ ਗੱਲ ਕਰਦੇ ਹੋ ਰੋਣਾ ਕਿਹੜੀ ਗੱਲ ਤੋਂ ਆਉਂਦਾ ਦਿਮਾਗ ਖਰਾਬ ਦਾ ਬੰਦੇ ਉਹ ਕਰ ਦਿੰਦੀ ਅਗਰ ਵੀ ਰੋਣਾ ਲੱਗਿਆ ਉਹ ਵੀ ਥੋੜਾ ਹੁੰਦਾ ਗੱਲ ਕਰਨ ਵੇਲੇ ਹਾਂ ਆਈ ਸੀ ਓਕੇ ਲਾਸਟ ਕਾਲ ਹੈ ਉਸ ਨੂੰ ਬਾਈਂਡ ਅਪ ਕਰੀ ਸਭ ਕਾਲ ਇਸ ਨੂੰ ਹਾਂਜੀ ਹਾਂਜੀ ਅਸੀਂ ਸਟੋਰੀ ਨੂੰ ਕੰਟੀਨਿਊ ਕਰਾਂਗੇ ਕੱਲ ਨੂੰ ਹਾਂਜੀ ਐਂਡ ਲਾਸਟ ਕਾਲ ਨੰਬਰ 5 ਕਾਲਰ ਨੰਬਰ 5 ਕਾਲਰ ਆਉਂਦੇ ਹੋ ਸਰ ਸਭ ਲਾਈਨ ਨੂੰ ਡਿਸਕਨੈਕਟ ਕਰ ਦਿਓ ਨੰਬਰ 1 ਕਾਲ ਦੇ ਲਾਸਟ 1 ਹੈਲੋ ਮੇਰਾ ਨੰਬਰ ਨੰਬਰ ਸੁਧ ਸਾਹਿਬ ਜਸਟ ਗਿਵ ਮੀ ਲਾਸਟ ਨੰਬਰ 1 ਕਾਲਰ ਪਲੀਜ਼ ਨੰਬਰ 1 ਕਾਲਰ ਲਾਸਟ ਹੋ ਬਸੀ ਸਰ ਮੈਂ ਗੱਲ ਕਰ ਸਕਦਾ ਜੀ ਜੀ ਬੋਲੋ ਜੀ ਹਾਂਜੀ ਬਸੀ ਸਾਹਿਬ ਮੈਂ ਇਹ ਪੁੱਛਣਾ ਚਾਹੁੰਦਾ ਸੀ ਕਿ ਆਪਣੀ ਭੈਣ ਨੂੰ ਵੀ ਤੇ ਭਰਾ ਨੂੰ ਵੀ ਤੇ ਇਹਨਾਂ ਦੇ ਮਾਤਾ ਪਿਤਾ ਨੂੰ ਵੀ ਜੇ ਮੁੰਡੇ ਚ ਵੀ ਖਰਾਬੀ ਆ ਜਾਂ ਕੁੜੀ ਚ ਵੀ ਖਰਾਬੀ ਆ ਤੇ ਦੇਖੋ ਜੀ ਆਪਾਂ ਸਾਡਾ ਗੁਰਦੁਆਰਾ ਹੈਗਾ ਹਰਿਮੰਦਰ ਸਾਹਿਬ ਉੱਥੇ ਮਾਤਾ ਜੀ ਰਜਨੀ ਜੀ ਗਏ ਸੀ ਗੁਰ ਪੰਜਾਬ ਵਿੱਚ ਅਸੀਂ ਲਾਈਨ ਨੂੰ ਡਿਸਕਨੈਕਟ ਕੀਤਾ ਕਿਉਂਕਿ ਗੱਲ ਕੋਈ ਹੋਰ ਚੱਲ ਰਹੀ ਜਿਸ ਦੇ ਵਿੱਚ ਧਰਮ ਪ੍ਰਤੀ ਸ਼ਰਧਾ ਰੱਖਦੇ ਹੋਏ ਸਾਡੇ ਮੀਨਸ ਵੀਰ ਨੇ ਔਰ ਲਾਈਨ ਨੂੰ ਮੈਂ ਹੋਲਡ ਨਹੀਂ ਕੀਤਾ ਕੱਟਿਆ ਆਪ ਸੋ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਹੋਲਡ ਕਰਦੇ ਹਾਂ ਔਰ ਅਸੀਂ ਇਸ ਦੋਨਾਂ ਪ੍ਰਭਾਵ ਤੋਂ ਅੱਗੇ ਲਵਾਂਗੇ ਸਾਧ ਸੂਬਾ ਸਿੰਘ ਜੀ ਅਤੇ ਸਰਦਾਰ ਨਰਮਿੰਦਰ ਸਿੰਘ ਜੀ ਬੇਟਾ ਲਖਵੀਰ ਕੌਰ ਜੀ ਅਤੇ ਗੁਰਸੇਵਕ ਜੀ ਅਸੀਂ ਹੋਲਡ ਕਰ ਰਹੇ ਹਾਂ ਸਟੋਰੀ ਨੂੰ ਅਸੀਂ ਪ੍ਰੋਸੀਡ ਕਰਨ ਬਾਰੇ ਕੱਲ ਨੂੰ ਅਸੀਂ ਤਾਲਮੇਲ ਕਰਾਂਗੇ ਅਸੀਂ ਲੋਕਲ ਪੁਲਿਸ ਨਾਲ ਵੀ ਗੱਲਬਾਤ ਕਰਾਂਗੇ ਕਿ ਬਾਰ ਬਾਰ ਸੂਬਾ ਸਿੰਘ ਨੂੰ ਤੰਗ ਨਾ ਕੀਤਾ ਜਾਵੇ ਪੁਲਿਸ ਦੇ ਵੱਲੋਂ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਨੰਬਰ 1 ਕਾਲਰ ਪ੍ਰੋਸੀਡ ਕਰੋ ਪਲੀਜ਼ ਸੁਭਾ ਸਿੰਘ ਜੀ ਦੁਬਾਰਾ ਲਾਈਨ ਤੇ ਆ ਗਏ ਨੇ ਸੁਭਾ ਸਿੰਘ ਲਾਈਨ ਨੂੰ ਹੋਲਡ ਰੱਖਣਾ ਨੰਬਰ 1 ਕਾਲਰ ਪ੍ਰੋਸੀਡ ਕਰੋ ਸਤਿਗੁਰੂ ਸਾਹਿਬ ਹਾਂਜੀ ਬੋਲੋ ਜੀ ਬੋਲੋ ਵੀਰ ਜੀ ਜਲਦੀ ਕਰੋ ਬਸ ਬਸ ਰਹਿਣਾ ਹੈ ਤਾਂ ਕੀ ਬਸ ਜਾਓ ਕੀ ਹੋ ਰਿਹਾ ਹੈ ਨਾਲੇ ਨੂੰ ਮਿਲਦਾ ਕਰਨ ਦੇ ਯੋਗ ਨਹੀਂ ਹੈਗਾ ਉਹ ਨਹੀਂ ਇਹਨਾਂ ਤੋਂ ਯੂਨੀਵਰਸਲ ਡਾਇਲੋਗ ਜਿੱਦਾਂ ਸਿੱਧੂ ਭਾਜੀ ਨੇ ਕਿਹਾ ਵਾ ਹਾਂਜੀ ਤੇ ਬਸ ਸਾਹਿਬ ਆਪਣਾ ਇਹ ਤਾਂ ਬਸ ਸਾਹਿਬ ਸ਼ਰੇਆਮ ਫਰੋਡ ਕਰ ਦੇਵੇ ਇਹ ਤਾਂ ਉਹਦੀ ਸੱਸ ਜਮਾ ਝੂਠ ਬੋਲਦੀ ਵੀ ਸਾਫ਼ ਪਤਾ ਲੱਗਦਾ ਵਾ ਬਸੀ ਸਾਹਿਬ ਏਦਾਂ ਤਾਂ ਹੋ ਹੀ ਨਹੀਂ ਸਕਦਾ ਜੀ ਤੇ ਬਸ ਸਾਹਿਬ ਮੈਨੂੰ ਲੱਗਦਾ ਮੁੰਡੇ ਜੇ ਬਾਕੀ ਤੁਸੀਂ ਕਹਿੰਦੇ ਸ਼ਰਾਬ ਪੀਤੀ ਹੈ ਸ਼ਰਾਬ ਸੂਨੀ ਮੈਂ ਕਹਿੰਦਾ ਨੱਕ ਨਾਲ ਨੱਕ ਤੋਂ ਬੋਲਦਾ ਤਾਂ ਕਰਕੇ ਉਹਦੀ ਆਵਾਜ਼ ਇੰਨਾ ਕੁਛ ਹੈ ਜੀ ਬਾਕੀ ਬਸ ਸਾਹਿਬ ਇਹਨਾਂ ਦੀ ਹੈਲਪ ਕਰੋ ਮੈਨੂੰ ਤਾਂ ਬਸ ਸਾਹਿਬ ਮੇਰਾ ਤਾਂ ਵਿਸ਼ਵਾਸ ਹੀ ਉੱਠ ਗਿਆ ਜੀ ਮੈਂ ਤਾਂ ਪੰਜਾਬੀ ਕੁੜੀ ਨਾਲ ਵਿਆਹ ਹੀ ਨਹੀਂ ਕਰਾਇਆ ਜੀ ਮੈਂ ਤਾਂ ਲੱਭੀ ਮੇਰੀ ਸਿੱਧੀ ਆਈ ਅਗਲੀ ਕਾਲ ਪਲੀਜ਼ ਸੱਦ ਕੇ ਵਿਆਹ ਕਰ ਅਗਲੀ ਕਾਲ ਪਲੀਜ਼ ਨੈਕਸਟ ਕਾਲ ਅਸੀਂ ਸਿਰ ਸਾਹਿਬ ਨਗਲੀ ਅਗਲੀ ਕਾਲ ਦਿਓ ਨੰਬਰ 4 ਕਾਲ ਲਾਈਨ ਤੇ ਹੋ ਪਸ਼ੂ ਕਿਸੇ ਨੂੰ ਬਾਏ ਕਰਨ ਜਾਂਦੇ ਸੀ ਉਹਦਾ ਚੈੱਕ ਕਰਦੇ ਸੀ ਉਹਦੇ ਖੋਲ ਕਿਵੇਂ ਆ ਇਹਦਾ ਦੁੱਧ ਕਿੰਨਾ ਆ ਇਹ ਕੀ ਸਟੱਫ ਕਰਦਾ ਆ ਨਹੀਂ ਕਰਦੀ ਹਨਾ ਇਹ ਅੱਜ ਕੱਲ ਤਾਂ ਇਹਨਾਂ ਨੇ ਨਾ ਲਾਈਕ ਧੰਦਾ ਹੀ ਬਣਾ ਲਿਆ ਵਾ ਵੀ ਹਾਂ ਜੀ ਜੀ ਜਿਹਨੂੰ ਗੱਲ ਕਰਦਾ ਫੜ ਕੇ ਤੇ ਆਪਦੇ ਬੱਚੇ ਦੇ ਪੈਸੇ ਲਵਾ ਕੇ ਆਪਦੇ ਬੱਚੇ ਨੂੰ ਬਾਹਰ ਭੇਜ ਦਿੰਦੇ ਆ ਮੁੜ ਕੇ ਅਗਲੇ ਨੂੰ ਕਹਿ ਦਿੰਦੇ ਆ ਨਾ ਮਰਦ ਪਹਿਲੀ ਗੱਲ ਤਾਂ ਇਹ ਮੈਂ ਤਾਂ ਮੰਨਦੀ ਨੀ ਹੈਗੀ ਵੀ ਇੰਡੀਆ ਦਾ ਜੋ ਬੰਦਾ ਉਹ ਮੁੰਡਾ ਕਹਿ ਰਿਹਾ ਵਾ ਗੁਰਸਿੰਘ ਸਿੰਘ ਕਹਿ ਰਹੇ ਨੇ ਕਿ ਮੈਂ ਡਰਾਈਵਰ ਬੰਦਾ ਵਾ ਇੱਥੇ ਹਨਾ ਮੈਂ ਨੀ ਮੰਨਦੀ ਵੀ ਇੰਡੀਆ ਦਾ ਡਰਾਈਵਰ ਬੰਦਾ ਨਾ ਮਰਦ ਹੋਊਗਾ ਪੰਜਾਬੀ ਚ ਜਿਹਨੂੰ ਆਪਾਂ ਕਹਿ ਦਈਏ ਜਿਸ ਹਿਸਾਬ ਨਾਲ ਉਹਦੀ ਮੰਮੀ ਇਲਜ਼ਾਮ ਲਾਉਂਦੀ ਪਈ ਆ ਹਨਾ ਇਹ ਡਰਾਈਵਰ ਤਾਂ ਇੰਡੀਆ ਦੇ ਲਾਈਕ ਆਈ ਡੋਂਟ ਬਲੀਵ ਇਟ ਕਿ ਇਦਾਂ ਦੇ ਹੋਊਗੇ ਤੇ ਸੈਕਿੰਡ ਗੱਲ ਇਹ ਵੀ ਇਹ ਕਿੱਦਾਂ ਦੀ ਮੰਮੀ ਆ ਜਿਹੜੀ ਨੂੰ 20-21 ਦਿਨ ਆਪਦੀ ਕੁੜੀ ਉੱਥੇ ਛੱਡੀ ਤੇ ਉਹਦੀ ਕੁੜੀ ਨੇ ਇੱਕ ਵਾਰ ਨੀ ਉਹਨੂੰ ਕਿਹਾ ਵੀ ਮੇਰਾ ਹਸਬੈਂਡ ਮੈਨੂੰ ਕੁਛ ਨੀ ਕਹਿ ਰਿਹਾ ਜਾਂ ਮੈਨੂੰ ਪਿਆਰ ਨੀ ਦੇ ਰਿਹਾ ਜਾਂ ਕੁਛ ਨੀ ਕਹਿ ਰਿਹਾ ਇਹ ਸਿੱਧਾ ਸਿੱਧਾ ਇਹਨਾਂ ਨੇ ਨਾ ਫਰੋਡ ਕੀਤਾ ਉਹਨਾਂ ਨਾਲ ਵਿਚਾਰਿਆਂ ਨਾਲ ਉਹ ਹੁਣ ਡਰਾਈਵਰ ਬੰਦਾ ਵਾ ਉਹਦੇ ਕੀ ਪਤਾ ਕਿੰਨੀਆਂ ਦਿਹਾੜੀਆਂ ਨਾਈਟਾਂ ਲਾ ਲਾ ਕੇ ਆਪਦੇ ਇੰਨੇ ਪੈਸੇ ਜੋੜੇ ਹੋਣੇ ਆ ਹਨਾ ਕੀ ਪਤਾ ਕਿਵੇਂ ਤੁਹਾਨੂੰ ਪਤਾ ਇੰਡੀਆ ਚ ਕਿਵੇਂ ਕੰਮ ਕਰਨਾ ਪੈਂਦਾ ਵਾ ਤੇ ਹੁਣ ਆ ਸੂਬਾ ਸਿੰਘ ਨਾਮ ਇਹਨਾਂ ਦਾ ਏਡਾ ਵੱਡਾ ਵਾ ਸੂਬਾ ਸਿੰਘ ਤੇ ਇਹਨਾਂ ਦੇ ਕੰਮ ਤਾਂ ਜਮਾ ਹੀ ਲਾਈਕ
ਗਾਰਬੇਜ ਗਾਰਬੇਜ ਵੀ ਆਪਾਂ ਗਾਰਬੇਜ ਸੱਟ ਦਿੰਦੇ ਆ ਪਰ ਇਹੋ ਜਿਹੇ ਲੋਕਾਂ ਨੂੰ ਆਪਾਂ ਕਿੱਥੇ ਸੱਟ ਸਕਦੇ ਆ ਇਹਨਾਂ ਨੇ ਨਾ ਸਿੱਧਾ ਸਿੱਧਾ ਫਰੋਡ ਕੀਤਾ ਮੈਂ ਚਾਹੁੰਦੀ ਆ ਕਿ ਤੁਸੀਂ ਪਲੀਜ਼ ਇਹਨਾਂ ਦੀ ਹੈਲਪ ਕਰੋ ਮੁੰਡੇ ਦੀ ਹੈਲਪ ਕਰੋ ਕਿਉਂਕਿ ਕੁੜੀ ਦੇਖ ਲੋ ਕਹਿ ਰਹੀ ਆ ਕਿ ਮੈਂ ਕੰਮ ਤੇ ਆ ਜੀ ਮੇਰਾ ਕਸਟਮਰ ਆ ਗਿਆ ਇਹੋ ਜਿਹਾ ਕਿਹੜਾ ਕੰਮ ਆ ਵੀ ਤੇਰੀ ਲਾਈਫ ਤੋਂ ਜ਼ਿਆਦਾ ਇੰਪੋਰਟੈਂਟ ਕਸਟਮਰ ਆ ਕਿਤੇ ਵੀ ਤੁਸੀਂ ਜੋਬ ਕਰਦੇ ਹੋ ਤੁਸੀਂ 5 to 10 minutes ਚ ਮੈਨੂੰ ਇੰਪੋਰਟੈਂਟ ਕਾਲ ਆਈ ਆ ਵੈਰੀ ਇੰਪੋਰਟੈਂਟ ਆਪਾਂ ਕਹਿ ਦਿੰਦੇ ਹਾਂ ਈਵਨ ਕਿ ਆਪਾਂ ਜੇ ਕਿਸੇ ਪੁਲਿਸ ਸਟੇਸ਼ਨ ਚ ਵੀ ਬੈਠੇ ਹੋਏ ਆਪਾਂ ਉਹਨਾਂ ਨੂੰ ਇਹ ਕਹਿ ਦਿੰਦੇ ਹਾਂ ਵੀ ਮੈਨੂੰ 5 to 10 minutes ਦੇ ਦਿਓ ਮੈਨੂੰ ਕਾਲ ਆਈ ਉਹ ਫਿਰ ਵੀ ਆਪਾਂ ਨੂੰ ਟਾਈਮ ਦੇ ਦਿੰਦੇ ਆ ਹਨਾ ਸਭ ਦਾ ਗੈਸਟ ਕੋਈ ਗੱਲ ਨਾ ਕਰਨ ਬੋਲ ਰਹੇ ਆ ਜੀ ਥੈਂਕ ਯੂ ਸੋ ਮਚ ਕਰ ਝੂਠ ਬੋਲ ਰਹੇ ਇਹਨਾਂ ਨੇ ਆਪਦੀ ਕੁੜੀ ਹਾਂਜੀ ਪਲੀਜ਼ ਇਹਨਾਂ ਦੀ ਹੈਲਪ ਕਰੋ ਹਾਂਜੀ ਆਗਲ ਓਕੇ ਜੀ ਅਸੀਂ ਚਾਹਾਂਗੇ ਕਿ ਡਾਇਰੈਕਟ ਸੂਬਾ ਸਿੰਘ ਜੀ ਨਾਲ ਹੀ ਗੱਲ ਕੀਤੀ ਜਾਵੇ ਤੇ ਨਾਲੇ ਗੁਰਸੇਵਕ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਹਾਂਜੀ ਸਰ ਮੈਂ नशा किया अगली कॉल प्लीज हेलो हां जी बोलो जी पूरा खुश रखा या तसली कराई है सारा कुछ पंजाबी आप कहने भी मेरे वालों कोई नुक्स नहीं तो मुंडा ए गड़के ना बोलना चाहिए मुंडे नु थोड़ी कोई हां जी हां जी कही जाना बाकी जे जो सच्चा है जे झूठा है फिर आज आज करी जाए फिर कोई गल नहीं है कि फिर मुंडे च नुक्स है वैसे मुंडे च नुक्स होना नहीं कुड़ी च नुक्स हो कुड़ी की गलत है कुड़ी गलत इस करके है भी कुड़ी ने आना इतने बस इसी करके मैं शक कुड़ी से और कुड़ी की मां से भी आने खतरे से मुंडे ने ठोक गल करनी चाहिए है तो मुंडा हाजी हाजी ना करे थैंक यू अगली कॉल प्लीज डिफेशन का शिकार है जिदा कह लो भी नशे नुशा पत्ता खांदा जिहड़ा गोलियां खांदा लैक हुंदा ब्याह दे कि नहीं हुंदा जिदा भी गोलियां खा के हां जी हां जी नहीं तो बंदे नूं उत्ते गुस्सा आ जांदा भाई भाई मैनूं मेरे ते इल्जाम लगदे आ तुसीं रूम बारे पुछा जी उत्ते रूम आ रूम दे विच जिदा कह लो जाके तुसीं मतलब जिदा कह लो मुंडे ने तो इदा दे जवाब देने सी जे कोई होर कोई हुंदा ਵੀ ਭਾਈ ਮੈਂ ਤਾਂ ਇੱਦਾਂ ਇੱਦਾਂ ਕੀਤਾ ਇਹਦੇ ਨਾਲ ਕੁੜੀ ਦੇ ਨਾਲ ਤਾਂ ਕੁੜੀ ਮੰਨ ਲਈ ਇਹੀ ਹੁਣ ਮੈਂ ਤੁਸੀਂ ਮੈਨੂੰ ਕਈ ਵਾਰੀ ਰੋਕ ਦਿੰਦੇ ਹੁੰਦੇ ਆ ਵੀ ਭਾਈ ਇਹ ਇੱਦਾਂ ਸਿੱਧੀ ਨੀ ਗੱਲ ਕਰਨੀ ਮੈਂ ਸਿੱਧੀ ਨੀ ਗੱਲ ਕਰਦਾ ਮੁੰਡੇ ਦੇ ਵਿੱਚ ਨੁਕਸ ਆ ਤੇ ਮੁੰਡੇ ਨੇ ਕੁੜੀ ਤਾਂ ਜੇ ਨਾ ਵੀ ਹੋਵੇ ਚਲੋ
ਕੁੜੀ ਕੁੜੀਆਂ ਜੂਸ ਕਰਦੀਆਂ ਮੁੰਡਿਆਂ ਨੂੰ ਜਾਂ ਠੀਕ ਆ ਮੁੰਡੇ ਇੱਦਾਂ ਦੇ ਵੀ ਕਈ ਹੈਗੇ ਆ ਕਿ ਕੁੜੀਆਂ ਨੇ ਛੱਡਿਆ ਹੀ ਨਹੀਂ ਉਹਨੂੰ ਮੁੜ ਕੇ ਜਿੱਦਾਂ ਕਹਿ ਲਓ ਜਿੱਦਾਂ ਉਹਨੂੰ ਤਸੱਲੀ ਕਰਾ ਦਿੱਤੀ ਜਿੱਦਾਂ ਸੁਭਾਗ ਰਾਤ ਨੂੰ ਤੇ ਕੁੜੀ ਕਹਿੰਦੀ ਵੀ ਮੈਂ ਉੱਥੇ ਰਹਿਣਾ ਇਹ ਮੁੰਡੇ ਦੇ ਵਿੱਚ ਨੁਕਸਾ ਤੇ ਉਹਨੂੰ ਪਿੱਛੋਂ ਵੀ ਉਹਦੇ ਆਹ ਕੰਨਾਂ ਦੇ ਵਿੱਚ ਵੀ ਇਹ ਆਵਾਜ਼ ਮਾਰ ਆਈ ਜਾਂਦੀ ਆ ਉਹਨੂੰ ਪਤਾ ਹੀ ਨਹੀਂ ਮੈਂਟਲੀ ਸਿੱਕ ਆ ਮੁੰਡਾ ਤੇ ਇਸ ਕਰਕੇ ਕੁੜੀ ਦਾ ਕੋਈ ਕਸੂਰ ਨਹੀਂ ਜੇ ਉਦਾਂ ਦਾ ਵੀ ਵਿਆਹ ਹੋਇਆ ਹੋਵੇਗਾ ਤਾਂ ਵੀ ਕੁੜੀਆਂ ਮੰਨ ਜਾਂਦੀਆਂ ਜਿੱਦਾਂ ਵੀ ਬਈ ਮੁੰਡਾ ਤਾਂ ਜੇ ਕੋਈ ਹੋਰ ਕੋਈ ਹੁੰਦਾ ਕਹਿਣਾ ਸੀ ਮੈਂ ਆਹ ਤਰੀਕਾ ਵਰਤਿਆ ਮੈਂ ਆਹ ਤਰੀਕਾ ਵਰਤਿਆ ਇਸ ਕਰਕੇ ਐਨਵੇ ਆਪਣੇ ਟੰਡੀ ਸਾਹਿਬ ਜ਼ਬਾਨ ਖਮੋਸ਼ ਅੱਖਾਂ ਵਿੱਚ ਨਮੀ ਹੈ ਇਹੀ ਬਸ ਦਾਸਤਾਨੇ ਜ਼ਿੰਦਗੀ ਹੈ ਅਗਲੀ ਕਾਲ ਪਲੀਜ਼ ਹਾਂਜੀ ਸਤਿ ਸ਼੍ਰੀ ਅਕਾਲ ਵਾਸੀ ਜੀ ਇਹ ਕੁੜੀ ਦੇ ਮਾਂ ਦਾ ਕਸੂਰ ਆ ਜਦੋਂ ਕਿਸੇ ਨੂੰ ਛੱਡਣਾ ਹੋਵੇ ਨਾ ਏਡੇ ਇਲਜ਼ਾਮ ਲਾਉਂਦੀਆਂ ਆ ਪਹਿਲਾਂ ਨੀ ਸੀ ਪਤਾ ਜੇ ਇਹਨੀ ਕੁੜੀ ਪੜ੍ਹਾਈ ਲਿਖਾਈ ਆਈਲੈਟਸ ਕਰਾਈ ਆਪਣੇ ਸਿਰ ਤੇ ਭੇਜਦੇ ਇਹਨੀ ਕਿਉਂ ਬਗਾਨੇ ਪੁੱਤ ਦੇ ਪੈਸੇ ਲਵਾਏ ਬਾਈ 23 ਦਿਨ ਉੱਥੇ 21 ਦਿਨ ਰਹੀ ਆ ਕੀ ਗੱਲ ਜੂਸ ਹੋਣ ਤੋਂ ਬਹਿ ਰਹੀ ਇਹਨੇ ਬੱਚੀ ਇਹ ਉਦਾਂ ਹੀ ਦੱਸਦੀ ਮੁੰਡਾ ਨਹੀਂ ਮੇਰੇ ਕਾਬਲ ਦਾ ਮੁੰਡਾ ਹੁਣ ਕੀ ਦੱਸਿਆ ਇਹਦੇ ਕੱਪੜੇ ਖੋਲ ਕੇ ਦਿਖਾਣੇ ਉਹਨੂੰ ਇਹਨਾਂ ਨੂੰ ਸ਼ਰਮ ਨੀ ਆਉਂਦੀ ਏਦਾਂ ਦੀਆਂ ਗੱਲਾਂ ਕਰਦੀਆਂ ਨੂੰ ਇਹ ਮਤਲਬ ਕਿ ਇਹਨਾਂ ਨੇ ਗੱਲ ਬਣਾਈ ਹੈ ਲੜਕੀ ਨੇ ਜਾਣ ਕੇ ਬਣਾਈ ਹੈ ਨਾਮ ਲਾਉਣੀਆਂ ਮੁੰਡਿਆਂ ਨੂੰ ਗਾਂ ਜੋਗਨ ਕਿਸੇ ਪਾਸੇ ਛੱਡ ਦਿੰਦੀਆਂ ਇਦਾਂ ਦੀਆਂ ਬੇਕਰ ਟੁੱਟੀਆਂ ਮਾਤਾ ਜੀ ਬਿਲਕੁਲ ਉਹੀ ਤਾਂ ਗੱਲ ਹੈ ਨਾ ਕਿ ਜਿਹੜੀ ਅੱਜ ਗੱਲ ਇਹਨਾਂ ਨੇ ਕੀਤੀ ਫਿਰ ਪੰਚਾਇਤਾਂ ਚ ਕਿਉਂ ਤੁਰੇ ਫਿਰਦੇ ਆ ਫਿਰ ਹਨਾ ਉਸ ਪਹਿਲਾਂ ਇਹਨਾਂ ਨੇ ਇਹ ਗੱਲ ਕਿਸੇ ਕੋਲੇ ਵੀ ਡਿਸਕਲੋਜ਼ ਨਹੀਂ ਕੀਤੀ ਜਿਹੜਾ ਚਾਰ ਤਾਂ ਹੀ ਆਇਆ ਤੂੰ ਕੋਈ ਅਕਲ ਕਰ ਹਾਂਜੀ ਤੇਰੀ ਕੋਈ ਕੁੜੀ ਕੌਣ ਲੈ ਲੂਗਾ ਹਾਂ ਬਿਲਕੁਲ ਕਿਉਂਕਿ ਯੂਨੀਵਰਸਲ ਜੀਆਂ ਗੱਲਾਂ ਹੁੰਦੀਆਂ ਜੀ ਕਿਸੇ ਨੂੰ ਵੀ ਕਹਿ ਦੋ ਕੋਈ ਮੁੰਡਾ ਕੁੜੀ ਇਸ ਇਹਨਾਂ ਗੱਲਾਂ ਦਾ ਸਬੂਤ ਥੋੜੀ ਦੇ ਦੇਣਾ ਹੁੰਦਾ ਕਿਸੇ ਨੇ ਕੋਈ ਸਬੂਤ ਦੇ ਦੇਊਗਾ ਦੱਸੇ ਪਹਿਲਾਂ ਮੈਨੂੰ ਜਰਾ ਕੌਣ ਸਬੂਤ ਦੇ ਦੇਊਗਾ ਇਹਦਾ ਹੁਣ ਦੇ ਦੇ ਕੋਈ ਸਬੂਤ ਕੀ ਸਬੂਤ ਦੇਵੇ ਮੁੰਡਾ ਨੂੰ ਹਾਂਜੀ ਬੋਲੋ ਜੀ ਬੋਲੋ ਇਹਦਾ ਇਹ ਮਤਲਬ ਵੀ ਉਹ ਸਭ ਕੁਝ ਕੋਈ ਹਾਂਜੀ ਭੰਡਿਆ ਮਾਤਾ ਜੀ ਗੱਲ ਕਰੋ ਤੁਸੀਂ ਇਹਦੀ ਸੁਭਾ ਸਿੰਘ ਦੀ ਬੋਟੀ ਨਾ ਗੱਲ ਕਰੋ ਹਾਂਜੀ ਗੱਲ ਕਰੋ ਕਲਵੰਤ ਕੋਲ ਬੋਲੋ ਮਿੱਟੀ ਪਾਉਂਦੀ ਤੂੰ ਉਹਦੇ ਮੁੰਡੇ ਨੂੰ ਬਾਹਰ ਨਿਕਾਉਂਦੀ ਅਸੀਂ ਤਾਂ ਜੀ ਪਾਈ ਹੋਈ ਸੀ ਮਿੱਟੀ ਹੁਣ ਇਹਦਾ ਆਪ ਕੇਸ ਸਾਡੇ ਤੇ ਲਾਉਂਦੇ ਨੇ ਇਹਨਾਂ ਨੂੰ ਸਾਡਾ ਬਿਲਕੁਲ ਗਲਤ ਪਾਤਰ ਭਰਦੀਆਂ ਉਹ ਪਹਿਲਾਂ ਕਹਿੰਦੀ ਵੀ ਮੈਂ ਵਿਆਹ ਹੀ ਆ ਮੈਰਿਡ ਆ ਉਹ ਕਿਹਾ ਅਨਮੈਰਿਡ ਲਿਖਾਇਆ ਸਾਰਾ ਕੁਛ ਕਰਦੀਆਂ ਅਸੀਂ ਦੁਬਾਰੇ ਵੀ ਲਾਉਣ ਨੂੰ ਤਿਆਰ ਆ ਇਹ ਕਹਿੰਦੇ ਸਾਨੂੰ ਮੁੰਡਾ ਸਾਡਾ ਬਾਹਰ ਚਲਾ ਜਾਵੇ ਉੱਥੇ ਜਾ ਕੇ ਤਲਾਕ ਦੇ ਦੇਵੇ ਸੜੀ ਕੁਛ ਨਾ ਸੌਂ ਬਾਹਰ ਲਿਜਾ ਕੇ ਕੀ ਉਹਨੂੰ ਕੀ ਪਤਾ ਹੋਣਾ ਜੇ ਗੱਲਾਂ ਉੱਥੇ ਤਾਂ ਹੁਣ ਆਪ ਆਪ ਦੀ ਭਾਸ਼ਾ ਬੋਲੀ ਜਾਂਦੇ ਹੋ ਜਿਹਨਾਂ ਦੀ ਧੀ ਦੁਖੀ ਹੁੰਦੀ ਉਹਨਾਂ ਨੂੰ ਪਤਾ ਹੁੰਦਾ ਵਾ ਮੈਂ ਹੈਰਾਨ ਆ ਜੀ ਮੁੰਡਾ ਮਤਲਬ ਕਿ ਮੁੰਡਾ ਆਫ ਏਅਰ ਤਾਂ ਕਹਿ ਰਿਹਾ ਨਹੀਂ ਬਾਈ ਜੀ ਮੈਂ ਨਹੀਂ ਆਏ ਨਹੀਂ ਹੈਗਾ ਮੁੰਡਾ ਗੱਲ ਨਹੀਂ ਕਰਦਾ ਗੁਰਸੇਵਕ ਜੇ ਤੂੰ ਸੱਚਾ ਵੀਰ ਆਪਦੀ ਸੱਸ ਨਾਲ ਗੱਲ ਕਰ ਨਹੀਂ ਫਿਰ ਕੁੜੀ ਵਾਲੇ ਵੀ ਸੱਚੇ ਹੋ ਸਕਦੇ ਇਹੋ ਜਿਹੀ ਕੋਈ ਗੱਲ ਨਹੀਂ ਜੇ ਤੂੰ ਹੁਣ ਤੂੰ ਬੋਲੇਗਾ ਹੀ ਨਹੀਂ ਫਿਰ ਫਿਰ ਓਬਵੀਅਸ ਆ ਨਾ ਹੁਣ ਜਦੋਂ ਰਾਤ ਨੂੰ ਵੀ ਸੌਂ ਜਾਂਦਾ ਤੇ ਕਾਲ ਤੋਂ ਵੀ ਬੋਲਦਾ ਨਹੀਂ ਫਿਰ ਫਿਰ ਕੀ ਫਾਇਦਾ ਕਰਾਂ ਤੂੰ ਧੱਕੇ ਨਾ ਪਵਾਉਣਾ ਉਹਨੂੰ ਪਹਿਲਾਂ ਦੱਸ ਮੈਨੂੰ ਆਪਣੇ ਘਰ ਆ ਕੇ ਗੁੱਸੇ ਪਕਾਇਆ ਤੂੰ ਬੋਲਦਾ ਕਿਉਂ ਨਹੀਂ ਜਵਾਬ ਦੇ ਲੋਕਾਂ ਨੂੰ ਸਹੀ ਗੱਲ ਸੁਣ ਪਹਿਲਾਂ ਆ ਜਿਹੜਾ ਨਾ ਹਾਂਜੀ ਅਗਲੀ ਕਾਲ ਪਲੀਜ਼ ਨੰਬਰ 2 ਕਾਲ ਲਾਈਨ ਤੇ ਅਸੀਂ ਗੱਲ ਕਰੋ ਜੀ ਨੰਬਰ 2 ਕਾਲ ਹਾਂਜੀ ਸਿਸਟਰ ਨੰਬਰ 2 ਕਾਲ ਨੂੰ ਬੇਨਤੀ ਕਰੋ ਕਿ ਕਿਉਂ ਟਾਈਮ ਵੇਸਟ ਕਰਦੇ ਲੋਕੇ ਨੰਬਰ 2 ਕਾਲ ਲਾਈਨ ਤੇ ਹੈ ਜੀ ਹਾਂਜੀ ਬਸ ਜੀ ਮੈਂ ਜੀ ਹਾਂਜੀ ਹਾਂਜੀ ਬੋਲੋ ਜੀ ਬੋਲੋ ਪਿੱਛੇ ਜਾਇਦਾਦ ਹੋਈ ਸੀ ਉਹਨੇ ਲਾਗੋ ਕਰਕੇ ਆਪਣੇ ਕਿਸ਼ਤਾਂ ਭਰੀਆਂ ਮੁੰਡੇ ਨੂੰ ਵੀ ਸਾਲ ਦੇ ਵਿੱਚ ਹੀ ਲਗਾ ਲਿਆ ਸਹੀ ਕਾਗਜ਼ ਲਾ ਕੇ ਨਾ ਜੋ ਲੜਕੀਆਂ ਆ ਜਾਂਦੀਆਂ ਉਦੋਂ ਬਦਲ ਜਾਂਦੀਆਂ ਬਹੁਤ ਕੁਛ ਲੜਕਾ ਵੀ ਤੂੰ ਮੈਂ ਕਰੀ ਜਾਂਦਾ ਲੜਕੇ ਨੂੰ ਵੀ ਖੁਦ ਤੁਸੀਂ ਵੀ ਸੱਜੇ ਆ ਉਹ ਲੜਕੇ ਨੂੰ ਮਗਰ ਉਹਦਾ ਪਿਓ ਗਾਈਡ ਕਰਦਾ ਉਹ ਆਪਣੇ ਨਾ ਬੱਚਾ ਵੀ ਉਹ ਖੁੱਲ ਕੇ ਨਹੀਂ ਦੱਸ ਰਿਹਾ ਆ ਸਿੱਧੂ ਸਾਹਿਬ ਨੇ ਕਈ ਵਾਰੀ ਕਿਹਾ ਉਹ ਬੱਚੇ ਨੂੰ ਖੁੱਲ ਕੇ ਦੱਸ ਦੇਣਾ ਚਾਹੀਦਾ ਬਾਕੀ ਤਾਂ ਇਲਜ਼ਾਮ ਲਾ ਰਹੇ ਆ ਜੀ ਉਹਨਾਂ ਦਾ ਪੈਸਾ ਲੱਗ ਗਿਆ ਕਿੱਥੋਂ ਗੁੰਜ ਕੇ ਲਾਇਆ ਇੰਨਾ ਕਹਿੰਦਾ ਬਹੁਤ ਸੇਵਾ ਕਰ ਰਹੇ ਬਹੁਤ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਅਗਲੀ ਕਾਲ ਪਲੀਜ਼ ਮੇਰਾ ਨੰਬਰ ਬਾਸੀ ਸਾਹਿਬ ਜੀ ਜੀ ਲਾਈਨ ਤੇ ਸਰ ਹਾਂਜੀ ਬਾਸੀ ਸਾਹਿਬ ਜੀ ਬਚਦਾ ਕੱਖ ਨੂੰ ਬਚਦੀਆਂ ਲਾਂਤਾ ਹੈ ਸੁਬਾ ਸਿੰਘ ਨੂੰ
ਇਹਨੇ ਗੁਣਾ ਘਟੋ ਪਹਿਲਾਂ ਕਰਦੀ ਨੀ ਹੋਣੀ ਪਹਿਲਾਂ ਲੋਕੀ ਕਹਿੰਦੇ ਸੀ ਕਿ ਧੀਆਂ ਵਾਲਿਆਂ ਨੂੰ ਸ਼ਰਮ ਹੁੰਦੀ ਤਿੰਨ ਧੀਆਂ ਦੇ ਘਰ ਹੋਰ ਨੇ ਇਹਨੇ ਪਹਿਲਾਂ ਕਰ ਲਿਆ ਪੱਚੀ ਪੱਚੀ ਲੱਖ ਦੀਆਂ ਵੀ ਮੈਂ ਵੇਚ ਲਾਂਗਾ ਦੱਸ ਰਿਹਾ ਇੱਕ ਗੱਲ ਦੱਸੋ ਸੁਭਾ ਸਿੰਘ ਜੀ ਮਰਦਾਂ ਵਾਲੇ ਕੰਮ ਤੂੰ ਵੀ ਨੀ ਕੀਤੇ ਤੂੰ ਨਾ ਪਹਿਲਾਂ ਤਾਂ ਕੁੜੀ ਵੱਡੀ ਕਰ ਲਈ ਫਿਰ ਉਹਨੂੰ ਵੇਚ ਲਈ ਹੁਣ ਤੇਰੀ ਘਰ ਵਾਲੀ ਮੁੰਡੇ ਤੇ ਪਹੁੰਚ ਗਈ ਮਰਦਾਂ ਵਾਲੇ ਕੰਮ ਹੁੰਦੇ ਤਾਂ ਫਿਰ ਕੁੜੀ ਦੀ ਮੰਡੀ ਨਾ ਲਾਉਂਦਾ ਨੰਗ ਨੀ ਤੂੰ ਮੈਨੂੰ ਕਹਿੰਦਾ ਮੈਂ ਮੈਂ ਵੀ ਆਰਮੀ ਦੀ ਸਰਵਿਸ ਕਰਕੇ ਆ ਮੈਨੂੰ ਫੁੱਦੂ ਨਾ ਬਣਾ ਤੂੰ ਕਿੰਨਾ ਕੁ ਸਾਰੀ ਉਮਰ ਕੁੜੀਆਂ ਲਈ ਕੀਤਾ ਤੂੰ ਇੰਨਾ ਵੀ ਨੀ ਕਮਾ ਸਕਦਾ ਰਣਜੋਤ ਜੀ ਲਾਈਨ ਤੇ ਹੋ ਸ਼ਹਿਰ ਦਾ ਮੁੰਡਾ ਪਤਾ ਨੀ ਤੈਨੂੰ ਪਤਾ ਨੀ ਗੱਲ ਕਰ ਲੈ ਤੂੰ ਗੱਲ ਕੀ ਕਰੀ ਜਾਂਦਾ ਤੂੰ ਦੱਸ ਤੇਰੇ ਸੰਬੰਧ ਬਣਿਆ ਜਾਂ ਨਹੀਂ ਬਣੇ ਦੁਬਾਰਾ ਬੋਲਿਆ ਦੁਬਾਰਾ ਉੱਚੀ ਹੋ ਜਾਵਾ ਘੱਟ ਹੋਈ ਆ ਮੈਂ ਤੂੰ ਦੱਸ ਤੇਰੇ ਸੰਬੰਧ ਬਣਿਆ ਜਾਂ ਨਹੀਂ ਬਣੇ ਦੱਸ ਪਹਿਲੀ ਰਾਤ ਖੂਨ ਖਰਾਬ ਹੋਇਆ ਕਿ ਨਹੀਂ ਹੋਇਆ ਬਸ 20 ਕਿਲੋ ਤੇ ਰਹਿ ਗਈ ਹੋਈ ਆ ਉਸ ਤੋਂ ਬਾਅਦ ਪਹਿਲੀ ਰਾਤ ਖੂਨ ਖਰਾਬ ਹੋਇਆ ਜਾਂ ਨਹੀਂ ਖੂਨ ਖਰਾਬ ਖੂਨ ਖਰਾਬਾ ਤੁਸੀਂ ਲੜਾਈਆਂ ਤਲਵਾਰਾਂ ਲੜਾਈਆਂ ਚਲੋ ਲੜਾਈਆਂ ਕਮਾਲ ਦੇ ਲੋਕ ਨੇ ਅਜੀਬ ਗੱਲਾਂ ਕਰਦੇ ਨਹੀਂ ਲੜਾਈ ਅਗਲੀ ਕਾਲ ਪਲੀਸ ਇਹ ਤਲਵਾਰਾਂ ਚਲਾਉਣੀਆਂ ਤੁਸੀਂ ਖੂਨ ਖਰਾਬਾ ਕਰਨਾ ਹੈ Oh my God! Next call, please. Sir, sir, I will come to sec. ਕਿਉਂਕਿ ਸਾਡੇ ਲਾਈਨ 'ਚ ਇਸ ਵੇਲੇ ਸਾਡੇ ਸਤਿਕਾਰਯੋਗ ਦੋਨੇ ਪਰਿਵਾਰ ਨੇ ਅਸੀਂ ਇਹਨਾਂ ਦੋਨਾਂ ਦਾ ਸਤਿਕਾਰ ਕਰਦੇ ਹਾਂ ਔਰ ਅਸੀਂ ਇਹਨਾਂ ਨੂੰ ਚਾਹੁੰਦੇ ਇੱਕ ਸਮਝੌਤਾ ਕਰਾ ਦਿੱਤਾ ਜਾਵੇ ਸਾਡਾ ਮਕਸਦ ਇਹ ਆ ਸਾਡਾ ਮਕਸਦ ਇਹ ਆ ਕਿ ਧੀ ਰਾਣੀ ਆਪਣੇ ਸਹੁਰੇ ਜਾਵੇ ਔਰ ਅਸੀਂ ਚਾਹੁੰਦੇ ਕਿ ਲੜਕਾ ਲੜਕੀ ਦੀ ਜ਼ਿੰਦਗੀ ਜਿਹੜੀ ਆ ਉਹ ਸਹੀ ਬਤੀਤ ਹੋਵੇ ਔਰ ਸਲਾਹ ਸੂਬੇ ਸਿੰਘ ਦਾ ਬੜਾ ਸਤਿਕਾਰ ਹੈ ਔਰ ਦੂਜੇ ਪਾਸੇ ਨਰਮਨ ਸਿੰਘ ਵੀ ਬੜੇ ਚੰਗੇ ਘਰਾਣੇ ਨਾਲ ਸੰਬੰਧਿਤ ਨੇ ਦੋਨੇ ਪਰਿਵਾਰ ਚੰਗੇ ਨੇ ਔਰ ਇਹਨਾਂ ਦੀ ਛੋਟੀ ਮੋਟੀ ਗੱਲ ਹੈ ਆਪਾਂ ਇਹਨਾਂ ਨੂੰ ਨਜਿੱਠਣਾ ਆ ਅਸੀਂ ਇਹਨਾਂ ਨੂੰ ਸੋਲਵ ਕਰਨਾ ਆ ਅਸੀਂ ਇਹਨਾਂ ਨੂੰ ਮਦਦ ਕਰਨੀ ਆ ਇੱਕ ਦਿਨ ਦੋਨਾਂ ਪਰਿਵਾਰਾਂ ਦੀ ਹਾਂਜੀ ਅਗਲੀ ਕਾਲ ਨੰਬਰ 3 ਕਾਲਰ ਹਾਂਜੀ ਬੋਲੋ ਜੀ ਇਹ ਕਹਿਣ ਦਾ ਕਾਨੂੰਨ ਹੈ ਕਿ ਕਿਸੇ ਬੰਦੇ ਨੂੰ ਫੈਸਿਲੇਟ ਕਰਨਾ ਇਹ ਮਤਲਬ ਇਹ ਹੈ ਇਹਦਾ ਮਤਲਬ ਇਸ ਲਈ ਇਹ ਹੈ ਕਿ ਕਿਸੇ ਨੂੰ ਬੰਦ ਕਰਨਾ ਸਿਰਫ ਕੈਨੇਡਾ ਵਿੱਚ ਆਉਣ ਦੀ ਖਾਤਰ ਇਹ ਇਲੀਗਲ ਹੈ ਜੀ ਇਹ ਹਾਂਜੀ ਇਹ ਹੈਗਾ ਇਲੀਗਲ ਕਿਸੇ ਬੰਦੇ ਦੀ ਮਦਦ ਕਰਨਾ ਸਿਰਫ ਗਲਤ ਤਰੀਕੇ ਨਾਲ ਚਾਹੇ ਵਿਆਹ ਹੋਵੇ ਜਾਂ ਹੋਰ ਤਰੀਕਾ ਹੋਵੇ ਜਿਹੜਾ ਮਰਜ਼ੀ ਹੋਵੇ ਇਹ ਤਰੀਕਾ ਇਲੀਗਲ ਆਪਣੇ ਬੰਦੇ ਸਾਰਾ ਕੁਝ ਇਲੀਗਲ ਕਰੀਏ ਨਹੀਂ ਆਪਾਂ ਸਾਰਾ ਕੁਝ ਜਦੋਂ ਆਪਾਂ ਸਾਰਾ ਕੁਝ ਪਤਾ ਥੋੜੇ ਐਮ ਪੀ ਥੈਂਕ ਯੂ ਸਰ ਬਲੀ ਕਾਲ ਪਲੀਜ਼ ਸਰ ਸਾਹਿਬ ਮੈਨੂੰ ਨੈਕਸਟ ਕਾਲ ਦਿਓ ਨੰਬਰ 2 ਕਾਲਰ ਬਾਕੀ ਸਾਹਿਬ ਬਾਕੀ ਆ ਜੀ ਲੜਕੀ ਵਾਲੇ ਨਾ ਉਹ ਗਲਤ ਆ ਚਲੋ ਠੀਕ ਆ ਸਾਰੀ ਦੁਨੀਆਂ ਨੇ ਵਿਆਹ ਕਰਾਇਆ ਅਸੀਂ ਨੀ ਕਰਾਇਆ ਤੁਸੀਂ ਨੀ ਕਰਾਇਆ ਬਾਕੀ ਸਾਹਿਬ ਕੋਈ ਪਹਿਲਾਂ ਲੋਕਾਂ ਨੇ ਕੰਮ ਸਾਰੇ ਚੱਲਦੇ ਕੋਈ ਪਰਦੇ ਖੁਸ਼ੀ ਹੁੰਦੀ ਸੀ ਕੋਈ ਮਾਂ ਪਿਓ ਦੀ ਚਾਚਿਆਂ ਤਾਇਆਂ ਦੀ ਸ਼ਰਮ ਹੁੰਦੀ ਸੀ ਕਾਲ ਯੁੱਗ ਬਸ ਕੋਈ ਸ਼ਰਮ ਨੀ ਰਹੀ ਕੋਈ ਲੈਣਾ ਨੀ ਕੋਈ ਦੇਣਾ ਨੀ ਮੈਨੂੰ ਤੇ ਕੋਈ ਸਮਝ ਆਉਂਦੀ ਵੀ ਕਿ ਬਣੇ ਕੀ ਜਾਂਦਾ ਦੁਨੀਆਂ ਸਾਰੇ ਪਿਆ ਭੈਣ ਵਾਲੇ ਪਾਸੇ ਤੁਸੀਂ ਵੀ ਸਿਆਣੇ ਜੇ ਤੁਸੀਂ ਰੈਡੀ ਕਿਹੜੀ ਚਲਾ ਰਹੇ ਹੈ ਨਾ ਮੈਨੂੰ ਤੇ ਕੋਈ ਸਮਝ ਨੀ ਆਉਂਦੀ ਵੀ ਚਲੋ ਮਾਂ ਪਿਓ ਲੜਕੀ ਦਾ ਜਾਂ ਲੜਕੇ ਦਾ ਕੰਪਰੋਮਾਈਜ਼ ਕਰ ਚੱਲ ਟੀਵੀ ਦੇ ਉੱਤੇ ਆਣ ਕੇ ਆਪਾਂ ਚੰਗਾ ਚੁੱਕ ਕੇ ਆਪਾਂ ਢਿੱਡ ਲੰਘਾਉਣਾ ਇਹੋ ਜਿਹੇ ਇਹੋ ਜਿਹਾ ਜਮਾ ਸਮਾਂ ਆ ਗਿਆ ਕਾਲ ਯੁੱਗ ਬਾਸੀ ਸਾਹਿਬ ਆ ਗਿਆ ਨਾ ਇਹ ਕਿਹਾ ਮੁੰਡਾ ਇਤਨਾ ਮੁੰਡਾ ਉੱਤਾ ਪਲਾਂਟ ਹੀ ਗਿਆ ਚਲੋ ਹੋਇਆ ਚਲੋ ਯਾਰਾਂ ਜੋ ਇੱਕ ਕੇਸ ਵੀ ਹੋ ਗਿਆ ਇਹਨਾਂ ਨੇ ਗੱਲ ਹੀ ਉਹ ਫੜ ਲਈ ਇਹ ਪਹਿਲਾਂ ਸਾਰਾ ਚੈੱਕ ਪਕੜਾਈ ਜਾ ਕਰਨ ਕੋਈ ਸਾਰੀਆਂ ਕੁੜੀਆਂ ਗਿਆ ਤਾਂ ਪਹਿਲਾਂ ਬਸ ਮੈਂ ਨੀ ਕਹਿੰਦਾ ਨਾ ਜਦੋਂ ਮੈਂ ਵੀ ਆਪਣੇ ਜਿਹੜੀਆਂ ਭੈਣਾਂ ਵਾ ਵਿਆਹ ਵਾਲਿਆਂ ਨਾਲ ਵੀ ਪਰ ਚੰਗੇ ਨੀ ਲੱਗੀ ਦਾ ਹਨਾ ਜਿਤਨਾ ਪੀ ਦਾ ਮਾਂ ਪਿਓ ਦਾ ਮੁੰਡੇ ਦਾ ਇਹਨਾਂ ਨੇ ਕੋਈ ਜਿੱਤਿਆ ਹਨਾ ਚੈੱਕ ਹੈਗਾ ਹੀ ਆ ਇਹਦੇ ਇਹ ਨੀ ਵੀ ਕੁੜੀ ਦਾ ਮੈਰਿਜ ਦਾ ਕੁਛ ਕੁੜੀ ਵਾਲੇ ਦਾ ਤੂੰ ਤਾਂ ਫੰਡ ਦਾ ਫੰਡ ਕੁੜੀ ਵਾਲੇ ਲੈ ਕੇ ਚੁੱਕ ਰਿਹਾ ਥੈਂਕ ਯੂ ਸੋ ਮਚ ਨੈਕਸਟ ਕਾਲ ਪਲੀਜ਼ ਪ੍ਰੋਸੀਡ ਕਾਲ ਸੋ ਸਭ ਨੈਕਸਟ ਕਾਲ ਜਿਹੜੀ
ਸਿਸਟਮ ਅਗਲੀ ਕਾਲ ਹੈ ਜੀ ਮੈਂ ਬੋਲ ਸਕਦਾ ਜੀ ਤੁਸੀਂ ਲਾਈਨ ਤੇ ਮਾਨਸਰ ਲਾਈਨ ਤੇ ਆਪ ਜੀ ਬਸ ਪਲੀਜ਼ ਇਹ ਨੰਬਰ ਦੱਸ ਦਿਆ ਕਰੋ ਜੀ ਕਿ ਚਾਰ ਨੰਬਰ ਤੇ ਆਮ ਸੌਰੀ ਅਗਲੀ ਕਾਲ ਤੇ ਕਾਲ ਰੁਕ ਆਪ ਸੋ ਮਚ ਸਟ੍ਰੈਸ ਓਕੇ ਨੰਬਰ 4 ਕਾਲ ਪਲੀਜ਼ ਹਰਪ੍ਰੀਤ ਜੀ ਗੱਲ ਕਰੋੜ ਜੀ ਬੋਲਦੇ ਨੇਗੇ ਮਿਸਟਰ ਮਾਂਗਟ ਬੋਲੋ ਜੀ ਲਾਈਨ ਤੇ ਹੋ ਅੱਗੇ ਨੰਬਰ ਮਨਦੀਪ ਲਾਈਨ ਤੇ ਹੋ ਕਿਹੜੀ ਗੋਲੀ ਖਾ ਰਿਹਾ ਕਿ ਸੋ ਡਿਪਰੈਸ਼ਨ ਕਿਹੜੀ ਗੱਲ ਦਾ ਵੀ ਡਿਪਰੈਸ਼ਨ ਕੁੜੀ ਦੇ ਨਾਲ ਧੋਖਾ ਆਉਣ ਤੋਂ ਬਾਅਦ ਹੋਇਆ ਜਾਂ ਪਹਿਲਾਂ ਵੀ ਡਿਪਰੈਸ਼ਨ ਪਿਆ ਵੀ ਉਹ ਕੈਨੇਡਾ ਚ ਕਰੂਗੀ ਕੀ ਇਹਨੂੰ ਅਕੀ ਗਰਸੇਬ ਕਹਾ ਜਿਹੜੇ ਤੁਹਾਨੂੰ ਪ੍ਰੋਬਲਮ ਤੇ ਤੁਸੀਂ ਕੋ ਮੈਡੀਸਨ ਲੈਂਦੇ ਹੋ ਕਿਸੇ ਤੁਸੀਂ ਦਵਾਈ ਖਾ ਰਹੇ ਹੋ ਵਿਆਹ ਤੋਂ ਪਹਿਲਾਂ ਨਹੀਂ ਖਾਂਦੇ ਹੋ ਜਾਂ ਵਿਆਹ ਤੋਂ ਬਾਅਦ ਤੁਹਾਨੂੰ ਦਵਾਈ ਲੱਗੀ ਆ ਚਲੋ ਸਾਹਿਬ ਮੇਰੀ ਸਿਸਟਰ ਨੂੰ ਲਾਓ ਫੋਨ ਹੈਲੋ ਹਾਂਜੀ ਤੁਹਾਡਾ ਗਸੇਬ ਦਾ ਤੁਹਾਡਾ ਇੱਕ ਮਿੰਟ ਜੀ ਸਿਸ ਸਾਹਿਬ ਇੱਕ ਮਿੰਟ ਇਹਨਾਂ ਨੂੰ ਹੋਲਡ ਕਰ ਜਿਹੜੇ ਲਾਈਨ ਤੇ ਨੇ ਆਪਣੇ ਕੋਲ ਹਾਂਜੀ ਤੁਹਾਨੂੰ ਦਵਾਈ ਜਿਹੜੀ ਆ ਡਾਕਟਰ ਨੇ ਵਿਆਹ ਤੋਂ ਪਹਿਲਾਂ ਨਹੀਂ ਦਿੱਤੀ ਹੋਈ ਜਾਂ ਵਿਆਹ ਤੋਂ ਬਾਅਦ ਦੇ ਲੈ ਰਹੇ ਹੋ ਨਹੀਂ ਨਹੀਂ ਪਹਿਲਾਂ ਨਹੀਂ ਜੀ ਕਿੰਨੇ ਸਮੇਂ ਹੋ ਗਏ ਤਾਂ ਦਵਾਈ ਖਾਂਦਿਆਂ ਨੂੰ ਮੈਨੂੰ ਦਵਾਈ ਖਾਂਦਿਆਂ ਨੂੰ ਹੋ ਗਏ ਹੋਣੀ ਘੱਟੋ ਘੱਟ 3 ਸਾਲ ਹੀ 3 ਸਾਲ 4 ਸਾਲ ਚਾਰ ਸਾਲ ਦਵਾਈ ਕਿਉਂ ਖਾਂਦੇ ਹੋ ਕਿੰਨੇ ਵਜੇ ਖਾਂਦੇ ਹੋ ਕਿੰਨੇ ਗੋਲੀ ਖਾਂਦੇ ਹੋ ਉਹ ਵੈਸੇ ਚੱਕਰ ਚੁੱਕਰ ਆਉਂਦੇ ਸੀ ਉਹ ਡਾਕਟਰ ਬੰਦ ਨਹੀਂ ਕਰ ਰਹੇ ਦਵਾਈ ਹੁਣ ਤਾਂ ਬਹੁਤ ਘਟਾ ਦਈ ਬਸ ਦੋ ਗੋਲੀਆਂ ਰਹਿ ਗਈਆਂ ਜੀ ਇਹ ਡਿਪਰੈਸ਼ਨ ਦੀ ਹੈ ਗੋਲੀ ਤੁਹਾਡੀ ਹਾਂਜੀ 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 ਕਿੱਦਾਂ ਦਾ ਬਲੱਡ ਪ੍ਰੈਸ਼ਰ ਜ਼ਿਆਦਾ ਆ ਬਲੱਡ ਪ੍ਰੈਸ਼ਰ ਪਹਿਲਾਂ ਜਿਹੜਾ ਸੀ ਚੱਕਰ ਚੁੱਕਰ ਬਹੁਤ ਹੋਈ ਹੁਣ ਠੀਕ ਹੋ ਗਿਆ ਜੀ ਅੱਛਾ ਮੈਂ ਸਮਝ ਗਿਆ ਬਲੱਡ ਪ੍ਰੈਸ਼ਰ ਕਿੰਨਾ ਸੀ ਤੁਹਾਡਾ ਰਹਿੰਦਾ ਨਹੀਂ ਉੱਪਰ ਵਾਲਾ ਨੀ ਜਾਨੀ ਕਿ ਜਿਹੜਾ ਹੁੰਦਾ 92 ਹੀ ਸੀਗਾ ਜੀ ਬਸ ਇੰਨਾ ਕਿ ਮੜਾ ਦੇਖਿਆ ਸੀ ਮੀਟਰ ਮੈਂ ਕਹਿੰਦੇ ਜਾਵੇ ਉਹਨਾਂ ਨੇ ਖੂਨ ਪਤਲਾ ਕਰਨ ਵਾਲੀਆਂ ਵੀ ਗੋਲੀਆਂ ਚਾਹੀਦੀ ਹੈ ਖੂਨ ਕੀ ਕਰਨ ਵਾਲਾ ਪਤਲਾ ਕਰਨ ਵਾਸਤੇ ਉਹ ਕਹਿੰਦੇ ਤੁਹਾਡਾ ਖੂਨ ਗਾੜਾ ਵਾ ਵੀ ਤਾਂ ਤੈਨੂੰ ਕੋਰੜ ਚੱਕਰ ਆਉਂਦੇ ਆ ਮੈਨੂੰ ਤਾਂ ਟੀਕਾ ਵੀ ਲੱਗਦਾ ਸੀ ਮੈਂ ਉਹ ਵੀ ਦੂਰ ਜਾਣ ਦੱਸਿਆ ਜੀ ਟੀਕਾ ਨੂੰ ਦੇਖ ਇਹਦਾ ਮਤਲਬ ਤੁਹਾਨੂੰ ਕ੍ਰਿਸਟਲ ਦੀ ਪ੍ਰੋਬਲਮ ਆ ਥਾਇਰੋਇਡ ਦੀ ਪ੍ਰੋਬਲਮ ਹੈ ਤੁਹਾਨੂੰ ਪਰ ਮੇਰੇ ਮੁਤਾਬਕ ਡਾਕਟਰ ਨਹੀਂ ਹੈ ਮੈਂ ਡਾਕਟਰੀ ਨਹੀਂ ਕੀਤੀ ਹੋਈ ਧੀ ਰਾਣੀ ਲਖਵੀਰ ਕੌਰ ਲਾਈਨ ਤੇ ਜੀ